रात कोई चोर आए ने गड्डी ते, वो अपनी गड्डी च उतर के ते साडी गड्डी जिहड़ी सी उहनूं खोल के चाबी ला के ते वो दूजी अपनी गड्डी दे मगर ट्रोजन पा के बन के ते वो इत्थों लै गए ने। की नंबर हैगा गड्डी दा जी अपनी दा? नंबर गड्डी दा हैगा जे PB19J3467। ਕਿੰਨੇ ਜਣੇ ਹੈਗੇ ਗੱਡੀ ਵਿੱਚ ਸਵਾਰ ਜਿਹੜੇ ਗੱਡੀ ਗੱਡੀ ਦੇ ਵਿੱਚੋਂ ਇੱਕੋ ਹੀ ਬੰਦਾ ਉਤਰਿਆ ਤੇ ਇੱਕ ਡਰਾਈਵਰ ਹੋਵੇਗਾ, ਉਹ ਬਾਕੀ ਪਤਾ ਨਹੀਂ ਕੋਈ ਹੈ ਕਿ ਨਹੀਂ। ਕੈਮਰੇ ਦੇ ਵਿੱਚ ਜਿਹੜੀ ਫੁਟੇਜ ਆਈ ਆ ਉਹਦੇ ਵਿੱਚ ਇੱਕੋ ਹੀ ਬੰਦਾ ਜਿਹੜਾ ਸੀ ਉਹ ਬਾਹਰ ਆਉਂਦਾ ਤੇ ਬਾਹਰ ਆ ਕੇ ਉਹ ਗੱਡੀ ਨੂੰ ਚਾਬੀ ਲਾਉਂਦਾ ਹੈ। ਉਹਨੇ ਆਪਣਾ ਮੂੰਹ ਸਿਰ ਜਿਹੜਾ ਉਹ ਚਾਦਰ ਦੇ ਨਾਲ ਲਪੇਟਿਆ ਹੋਇਆ ਸੀ, ਉਹਦੀ ਪਛਾਣ ਨਹੀਂ ਹੋ ਸਕੀ ਤੇ ਉਹ ਗੱਡੀ ਨੂੰ ਚਾਬੀ ਲਾ ਕੇ ਤੇ ਸਟਾਰਟ ਨਹੀਂ ਹੋਈ ਉਹਦੇ ਕੋਲੋਂ, ਪਤਾ ਨਹੀਂ ਜਾਂ ਕੀਤੀ ਨਹੀਂ, ਖੁੱਲ ਗਈ ਆ। ਇਸ ਸੰਬੰਧੀ ਕੋਈ ਦਰਖਾਸਤ ਦਿੱਤੀ ਹੋਈ ਥਾਣੇ? ਹਾਂਜੀ, ਪੁਲਿਸ ਮੁਲਾਜ਼ਮ ਆਏ ਸੀਗੇ, ਉਹਨਾਂ ਨੇ ਅਸੀਂ ਫੋਨ ਕੀਤਾ ਉਸੇ ਵੇਲੇ ਤਕਰੀਬਨ ਅਸੀਂ 4 ਵਜੇ ਉੱਠ ਕੇ ਜਿਹੜਾ ਸੀ ਉਹ ਇਸ਼ਨਾਨ ਪਾਨ ਕਰਕੇ ਅਤੇ ਫਿਰ ਜਦੋਂ ਬਾਹਰ ਨਿਕਲੇ ਹਾਂ 4:30 ਵਜੇ ਉਦੋਂ ਗੱਡੀ ਵੇਖੀ ਆ ਅਤੇ ਗੱਡੀ ਉੱਥੋਂ ਹੈ ਨਹੀਂ ਸੀ। ਫਿਰ ਅਸੀਂ ਆ ਲਾਗੇ ਸਾਡੇ ਭਾਈ ਸਾਹਿਬ ਨੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਫੋਨ ਕੀਤਾ ਅਤੇ ਉਹਨਾਂ ਨੇ ਆਪਣੇ ਕੈਮਰੇ ਦੇ ਵਿੱਚੋਂ ਫੁਟੇਜ ਕੱਢੀ, ਫਿਰ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ, ਪੁਲਿਸ ਦੇ ਮੁਲਾਜ਼ਮ ਆਏ ਨੇ ਇੱਥੇ ਚੌਂਕੀ ਇੰਚਾਰਜ, ਉਹ ਸਾਰੀ ਰਿਪੋਰਟ ਨਕਸ਼ਾ ਬਣਾ ਕੇ ਅਤੇ ਲੈ ਗਏ ਨੇ। ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਜੀ ਸਾਡੀ ਗੱਡੀ ਜਿਹੜੀ ਉਹ ਲੱਭ ਕੇ ਅਤੇ ਸਾਨੂੰ ਵਾਪਸ ਦਿੱਤੀ ਜਾਵੇ ਅਤੇ ਜਿਹੜੇ ਦੋਸ਼ੀ ਨੇ ਲੁੱਟਾਖੋਹਾਂ ਕਰਦੇ ਨੇ ਉਹਨਾਂ ਨੂੰ ਠੱਲ ਪਾਈ ਜਾਵੇ, ਨੱਥ ਪਾਈ ਜਾਵੇ। ਕਦੇ ਕਿਸੇ ਦਾ ਪਰਸ ਖੋਇਆ ਜਾਂਦਾ, ਕਦੇ ਕਿਸੇ ਦੀ ਕੋਈ ਮੋਬਾਈਲ ਖੋਇਆ ਜਾਂਦਾ ਅਤੇ ਗੱਡੀਆਂ ਚੋਰੀ ਹੋ ਜਾਂਦੀਆਂ ਨੇ, ਮੋਟਰਸਾਈਕਲ ਚੋਰੀ ਹੋ ਜਾਂਦੇ ਨੇ, ਬਹੁਤ ਰੁਝਾਨ ਮਾੜਾ ਹੈ। ਅਤੇ ਸਰਕਾਰ ਨੂੰ ਚਾਹੀਦਾ ਕਿ ਇਹੋ ਜਿਹੜੇ ਕੰਮ ਨੇ ਸਮਾਜ ਵਿਰੋਧੀ ਉਹਨਾਂ ਨੂੰ ਠੱਲ ਪਾਉਣੀ ਚਾਹੀਦੀ ਹੈ। ਸਵੇਰੇ 7 ਵਜੇ ਦੇ ਕਰੀਬ ਨਿਰਮਲ ਸਿੰਘ ਸਨ ਆਫ ਗੁਰਨਾਮ ਸਿੰਘ ਵਾਸੀ ਮਾਸਟਰ ਕਲੋਨੀ ਗਲੀ ਨੰਬਰ 9 ਨੇ ਦੱਸਿਆ ਕਿ ਮੈਂ ਆਪਣੇ ਬੂਹੇ ਅੱਗੇ ਗਲੀ ਦੇ ਵਿੱਚ ਆਲਟੋ ਕਾਰ ਮਾਡਲ 2013 ਖੜੀ ਕੀਤੀ ਹੋਈ ਸੀ। ਜਦ ਮੈਂ ਸਵੇਰੇ ਉੱਠ ਕੇ ਦੇਖਿਆ ਤਾਂ ਮੇਰੀ ਗੱਡੀ ਗਲੀ ਵਿੱਚ ਨਹੀਂ ਸੀ, ਕੋਈ ਨਾਮਲੂਮ ਵਿਅਕਤੀ ਗੱਡੀ ਚੋਰੀ ਕਰਕੇ ਲੈ ਗਏ ਹਨ। ਮਨ ਇਸ ਮੇਰੇ ਸਾਥੀ ਕਰਮਚਾਰੀ ਮੌਕੇ 'ਤੇ ਪੁੱਜਾ, ਉੱਥੇ CCTV ਕੈਮਰਿਆਂ ਦੀ ਫੋਟੋ 'ਚ ਲਈ ਗਈ, ਖੰਗਾਲੀ ਗਈ, ਜਿਹਦੇ ਵਿੱਚ ਆਲਟੋ ਗੱਡੀ ਨੂੰ 5 ਮਿੰਟ ਦੇ ਵਿੱਚ ਹੀ ਆਲਟੋ ਗੱਡੀ ਦੇ ਮਗਰ ਟੋਚਨ ਕਰਕੇ ਹਾਈਵੇ ਵੱਲ ਨੂੰ ਲੈ ਗਏ, ਜਿਨ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ